ਮੈਂ ਬਿੱਲ ਬਣਾ ਰਿਹਾ ਇੱਕ ਬੰਦਾ ਯਕਦਮ ਉਹਨੇ ਕੋਟ ਦੇ ਜੰਬਲ ਆ ਕੇ ਮੇਰੇ ਅੰਦਰ ਆ ਗਿਆ ਉਹਨੇ ਜਿਹੜੇ ਰਜਿਸਟਰ ਫੜੇ ਮੈਂ ਨਾ ਪਕੜੇ ਗਏ ਰਜਿਸਟਰ ਕਿੰਨੇ ਜਣੇ ਚਾਰ ਜਣੇ ਸਰ ਫਿਰ ਉਹ ਨਾ ਇੰਨੀ ਰੈਸਟ ਕਰਾਈ ਫਿਰ ਉੱਥੇ ਫਾਇਰਿੰਗ ਕਰਦੇ ਨੇ ਕਮ ਅਜ ਕਮ 20-25 ਫਾਇਰ ਕੀਤੇ ਨੇ ਉਹਨਾਂ ਬੜੀ ਪੂਰਾ ਪੂਰੀ ਦਹਿਸ਼ਤ ਲਾਈ ਹੈ ਸਾਢੇ 11 ਦਾ ਟਾਈਮ ਇੱਥੇ ਸੱਤ ਵਜੇ ਡਾਕੂ ਰੱਖਾ ਖੋ ਕੇ ਲੈ ਗਏ ਮੈਂ ਢਾਬਾ ਨਾਲ ਡਾਕੂ ਫੜ ਲਿਆ ਡਾਕੂ ਫੜ ਕੇ 6-7 ਬੰਦੇ ਵੀ ਫੜਾ ਦਿੱਤੇ ਗੱਲ 'ਤੇ ਤੁਸੀਂ ਇਸ ਸੱਤ ਵਜੇ ਸੱਚ ਮੈਂ ਬੰਦੇ ਫੜੇ ਨੇ ਮੈਨੂੰ ਲੱਗਾ ਕਿ ਇਸ ਜਗ੍ਹਾ ਨਾਲ ਵੀ ਆ ਤਿੰਨ ਚਾਰ ਨੌ ਖੋ ਕੇ ਲੈ ਗਏ ਇਸ ਤਰ੍ਹਾਂ ਚਾਹੁੰਦਾ ਹੁਣ ਤੈਨੂੰ ਖੁੱਲ੍ਹਾ ਲਿਆ ਭਾਅ ਜੀ ਤੋਂ ਫੜ ਕੇ ਦੇ ਛੜੇ ਉਹਦੀ ਖਾਣ ਘੱਟ ਹੋ ਗਿਆ ਮੇਰੀ ਮਿਲੀ ਖਬਰ ਵੀ ਚੱਲਦੀ ਪਈ ਹੈ ਡਾਕੂ ਵੀ ਸਾਡੇ ਮੈਂ ਫੜੇ ਨੇ ਜੇ ਤੋਂ ਕਰਦੇ ਵੀ ਮੈਂ ਕੀਤਾ ਸਾਰਾ ਠੀਕ ਹੈ ਬਾਕੀ ਇਹ ਡਾਕੂ ਨੇ ਇਹਨਾਂ ਦੀ ਗੁਲਾਮ ਫੜੀਏ ਅਤੇ ਸਰ ਮੈਂ ਡਾਕੂ ਸਾਰੇ ਫੜ ਕੇ ਦਿੱਤੇ ਨੇ ਇਸ ਸੱਚ ਉਹਨਾਂ ਡਾਕੂ ਵੀ ਮੰਨ ਕੇ ਰਕਸ਼ਾ ਸੀ ਵੇਚ ਕੇ ਫੁੱਲਾਂ ਵਾਲੀ ਮੰਡੀ ਲਾਹੌਰ ਦਾ ਡਾਕੂ ਰਕਸ਼ਾ ਵੇਚਿਆ ਇੱਥੇ ਦਾ 10-12 ਮੁੰਡੇ ਨੇ ਉਹ ਡਿਕੇਟੀਆਂ ਕਰਦੇ ਲਾਹੌਰ ਫੁੱਲਾਂ ਵਾਲੀ ਮੰਡੀ ਉਹਦਾ ਮਕਾਨ ਲੈ ਕੇ ਇੱਥੋਂ ਡਿਕੇਟੀਆਂ ਕਰਦੇ ਉੱਥੇ ਪਨਾਹ ਲੈਂਦੇ ਮੈਂ ਸਾਰੇ ਰਾਤ ਨੂੰ ਡਾਕੂ ਫੜਵਾਏ ਨੇ ਇਹਨਾਂ ਦਾ ਖਰਚਾ ਕਿ ਮੈਂ ਜੇ ਕੀਤਾ 40-50,000 ਰੁਪਈਆ ਸੱਚ ਫਿਰ ਵੀ ਇਸ ਸੱਚ ਉਹਦਾ ਜਿਹੜਾ ਨਾਂ ਰੱਖਿਆ ਲੈ ਕੇ 20 ਦਿਨ ਹੋ ਗਏ ਅਤੇ ਨਾਂ ਰੱਖਿਆ ਲੈ ਕੇ ਜਿਹੜਾ ਨਾਮ ਕੱਲ੍ਹ ਕੀਤਾ ਕੱਲ੍ਹ ਮੈਂ ਡੀ ਸੀ ਨੂੰ ਗਿਆ ਵਾਂ ਡੀ ਸੀ ਨੇ ਕਿਹਾ ਮਤਲਬ ਜਾ ਕੇ ਅੱਛਾ ਜੋ ਭਾਰਾ ਲੱਗਣਾ ਲੱਗਦਾ ਸਰ ਅੱਲਾ ਜਲਦੀ ਫੱਟੇ ਵਰਗੇ
ਤੇ ਆਪਣੇ ਬਾਪ ਦੇ ਨਕਸ਼ੇ ਕਦਮ ਚੱਲਦੇ ਹੋਏ ਸਾਡੇ ਉੱਤੇ ਫਿਰ ਬਾਲੀ ਪਾ ਇਨਸ਼ਾਅੱਲਾ ਸਿਆਸੀ ਚੇਅਰਮੈਨ